ਹਰਜੀਤ ਸਿੰਘ ਮੰਡੀ ਬਲਾਕ ਪ੍ਰਧਾਨ ਫਲੌਰ ਸਾਡਾ ਮੁੱਦਾ ਹੈ ਕਿ ਝੋਨੇ ਦੀ ਕੋਈ ਵੀ ਨਾ ਤਾਂ ਕਲਾਈ ਹੋ ਰਹੀ ਆ ਨਾ ਛਣਾਈ ਹੋ ਰਹੀ ਆ ਨਾ ਭਰਾਈ ਹੋ ਰਹੀ ਆ ਝੋਨਾ ਮੰਡੀਆਂ 'ਚ ਬਲੌਕ ਹੋ ਗਿਆ ਆ ਜਿਹੜਾ ਝੋਨਾ ਪਹਿਲੇ ਪਿਛਲੇ ਦਿਨਾਂ 'ਚ ਤੁਲਿਆ ਆ ਉਹਦੇ ਵੀ ਬੋਰੀਆਂ ਦੇ ਵੱਡੇ ਵੱਡੇ ਅੰਬਾਰ ਲੱਗ ਗਏ ਆ ਆੜ੍ਹਤੀਆਂ ਕੋਲ ਝੋਨਾ ਸਟਾਉਣ ਲਈ ਵੀ ਜਗ੍ਹਾ ਨਹੀਂ ਹੈਗੀ ਬਹੁਤ ਬੁਰੇ ਹਾਲਾਤ ਆ ਅਤੇ ਹੁਣ ਆੜ੍ਹਤੀਆਂ ਨੇ ਅਤੇ ਸੈਲਰ ਮਾਲਕਾਂ ਨੇ ਹੜਤਾਲ ਕਰਤੀ ਆ 20 ਤਰੀਕ ਤੱਕ ਕਿ ਅਸੀਂ ਝੋਨੇ ਦਾ ਦਾਣਾ ਵੀ ਨਹੀਂ ਸਟਾਉਣਾ ਮੰਡੀ 'ਚ ਉਹਦਾ ਕਾਰਨ ਇਹ ਹੈ ਕਿ ਐਕਚੁਅਲੀ ਉਹਨਾਂ ਕੋਲ ਜਗ੍ਹਾ ਹੀ ਨਹੀਂ ਮੰਡੀਆਂ 'ਚ ਇਹ ਝੋਨਾ ਕਿੱਥੇ ਸਟਾਉਣ ਉਹ ਵੀ ਮਜਬੂਰ ਆ ਇਹ ਅਣਮਿੱਥੇ ਸਮੇਂ ਲਈ ਜਾਮ ਕੀਤਾ ਗਿਆ ਜੀ ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਇਹ ਧਰਨਾ ਕਿਸਾਨ ਮਜ਼ਦੂਰ ਅਤੇ ਆੜ੍ਹਤੀ ਜਥੇਬੰਦੀਆਂ ਵੱਲੋਂ ਕੀਤਾ ਗਿਆ ਜੀ ਸਾਂਝਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ ਨਹੀਂ ਜੀ ਹਜੇ ਤੱਕ ਕੋਈ ਸਾਡੇ ਕੋਲ ਨਹੀਂ ਪਹੁੰਚਿਆ ਜੇ ਪਹੁੰਚਿਆ ਵੀ ਸਾਡੀ ਮੰਗ ਉਹੀ ਆ ਕਿ ਅਸੀਂ ਹੁਣ ਟਸ ਤੋਂ ਮਸ ਨਹੀਂ ਹੋਣਾ ਹੈਗਾ ਸਾਨੂੰ ਲੋਲੀਪੌਪ ਬਹੁਤ ਦੇ ਲਿਆ ਸਰਕਾਰ ਨੇ ਹੁਣ ਨਹੀਂ ਸਾਡਾ ਕੋਈ ਹੱਲ ਨਹੀਂ ਹੈਗਾ ਜਿੰਨਾ ਚਿਰ ਪੂਰਾ ਹੱਲ ਨਹੀਂ ਹੁੰਦਾ ਜਿੰਨਾ ਚਿਰ ਝੋਨੇ ਦੇ ਅੰਦਰੋਂ ਪੂਰੀ ਲਿਫਟ ਪਹਿਲਾਂ ਸ਼ੁਰੂ ਹੋਣੀ ਜ਼ਰੂਰੀ ਆ ਜੀ ਜਦ ਬੋਰੀਆਂ ਚੱਕ ਹੋ ਲੱਪਣਗੀਆਂ ਨਾਲ ਚਲਾਈ ਸ਼ੁਰੂ ਹੋ ਜੂਗੀ ਫਿਰ ਅਸੀਂ ਚਾਨਣਾ ਚੱਕਾਂਗੇ